ਕਹਿੰਦੇ ਨੇ ਕਿ ਚੋਰਾਂ ਅਤੇ ਠੱਗਾਂ ਦਾ ਨਾ ਤਾਂ ਕੋਈ ਧਰਮ ਹੁੰਦਾ ਅਤੇ ਨਾ ਹੀ ਕੋਈ ਦੀਨ ਇਮਾਨ। ਪਹਿਲਾਂ ਇਹ ਗੱਲਾਂ ਸਿਰਫ ਅਖੌਤਾਂ ਵਾਂਗੂ ਲੱਗਦੀਆਂ ਸੀ, ਪਰ ਬੀਤੇ ਦਿਨੀ ਕੱਤਕ ਦੀ ਸੰਗਰਾਂਦ ਮੌਕੇ ਅੰਮ੍ਰਿਤਸਰ ਵਿੱਚ ਗੁਰਦੁਆਰਾ ਸ੍ਰੀ ਬੀੜ ਸਾਹਿਬ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਹਨਾਂ ਅਖੌਤਾਂ ਅਤੇ ਗੱਲਾਂ ਤੇ ਯਕੀਨ ਕਰਨ ਨੂੰ ਮਜਬੂਰ ਕਰ ਦਿੱਤਾ। ਅਸਲ ਵਿੱਚ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਸਮੇਂ ਇੱਕ ਕੇਸਧਾਰੀ ਅਤੇ ਦਾੜਾ ਰੱਖੀ ਇੱਕ ਵਿਅਕਤੀ ਨੇ ਮੱਥਾ ਟੇਕ ਰਹੇ ਦੂਜੇ ਵਿਅਕਤੀ ਦਾ ਕਰੀਬ 2300 ਰੁਪਇਆ ਚੋਰੀ ਕਰ ਲਿਆ, ਜਿਸ ਦੀ ਕਿ ਹੁਣ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਭਾਈ ਗੱਲ ਨਾ ਕੱਢੋ, ਇੱਕ ਮਿੰਟ ਬਣ ਰਹੀ ਵੀਡੀਓ। ਆਹੋ ਬੋਚ ਹੱਥ ਪਾ ਲਿਆ। ਭਾਈ ਗੱਲ ਨਾ ਕੱਢੋ, ਇੱਕ ਮਿੰਟ ਬਣ ਰਹੀ ਵੀਡੀਓ। ਆਹੋ ਬੋਚ ਹੱਥ ਪਾ ਲਿਆ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਇਹ ਚੋਰ ਮੱਥਾ ਟੇਕਣ ਦੇ ਬਹਾਨੇ ਨਾਲ ਖੜੇ ਵਿਅਕਤੀ ਦੇ ਖੀਸੇ ਵਿੱਚ ਹੱਥ ਪਾ ਲੈਂਦਾ ਅਤੇ ਉਸਦੇ ਨਾਲ ਹੀ ਭੀੜ ਵਿੱਚ ਮਗਰ ਮਗਰ ਤੁਰ ਪੈਂਦਾ। ਵਿਅਕਤੀ ਨੇ ਇਲਜ਼ਾਮ ਲਗਾਇਆ ਕਿ ਇਸ ਚੋਰ ਨੇ ਉਸਦੇ 2300 ਰੁਪਏ ਚੋਰੀ ਕਰ ਲਏ ਨੇ। ਦੂਜੇ ਪਾਸੇ ਗੁਰਦੁਆਰਾ ਕਮੇਟੀ ਨੇ ਚੋਰ ਦੀ ਸੂਚਨਾ ਮਿਲਣ ਤੇ ਗੁਰੂ ਘਰ ਦੇ ਦਫ਼ਤਰ ਵਿੱਚ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।